ਲਾਕੇ ਚ ਮਾਲ ਲੈਣ ਦਾ ਪਤਾ ਕੀ ਫਾਇਦਾ ਹੁੰਦਾ? ਮੰਡੀ ਨਾਲ ਲਾਕੇ ਦਾ ਮਾਲ 5-10 ਸਸਤਾ ਹੁੰਦਾ। ਅੱਛਾ, ਕਿਉਂਕਿ ਅਸੀਂ ਕੋਈ ਮੰਡੀ ਦੇ ਅੱਛਾ ਹੈਗਾ ਲੱਖ ਦਾ, ਇੱਥੇ ਤੇ ਕਿੰਨੇ ਦੇਣਾ? 90,000 ਦਾ। 90,000 ਦੁਬਾਰਾ ਆਉਣਾ ਨਿਆਣਾ ਕਿੱਥੋਂ ਯਾਰ, ਇੱਕ ਛੇਲੀ ਪੱਟ ਲੈਣੀ ਹੈ। ਹਾਂਜੀ ਬਿਲਕੁਲ ਜੀ, ਕਰੋ ਪਿਆਰ ਕਰੋ ਸ਼ਫਕਤ ਕਰੋ, ਦੁਬਾਰਾ ਫਿਰ ਤੁਹਾਡੇ ਕੋਲ ਆਵਣ। ਨਹੀਂ, ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਹੂੰ ਆਪਕਾ ਮੇਜ਼ਬਾਨ ਮੁਸੱਈਬ ਖਾਂ ਬਲੋਚ, ਔਰ ਆਪ ਦੇਖ ਰਹੇ ਹਮਾਰਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਵਿਦ ਐਮ ਕੇ। ਜੀ ਤਾਂ ਦੋਸਤੋ, ਪਹੁੰਚੇ ਬਲਾਲ ਕੈਟਲ ਫਾਰਮ ਏ। ਤੋ ਦਿਨ ਹੈ ਇਤਵਾਰ ਕਾ ਔਰ ਡੇਟ ਹੈ 25 ਅਗਸਤ 2024। ਤੋ ਮਾਸ਼ਾਅੱਲਾ ਜੀ, 40 ਬਛੜੋ ਕੀ ਲਾਟ ਹੈ ਜੀ, ਪੂਰਾ ਪੰਜਾਬ ਡਿਲੀਵਰੀ ਮਿਲੇਗੀ। ਤੋ ਚਲਤੇ ਹੈ ਬਾਈ ਕੇ ਪਾਸ, ਉਨਸੇ ਮਾਲ ਮਾਲ ਲੇਤੇ ਹੈਂ। ਜੋ ਬਾਈ ਕੁਰਬਾਨੀ 2025 ਕੇ ਲੀਏ ਯਾ ਫੈਟਨੀ ਕੇ ਲੀਏ ਜਾਨਵਰ ਖਰੀਦਣਾ ਚਾਹਤੇ ਹੈ, ਤੋ ਅਭੀ ਰਾਬਤਾ ਕਰ ਸਕਤੇ ਹੈ, ਬਿਲਕੁਲ ਮੁਨਾਸਬ ਕੀਮਤ ਮੇਂ। ਪੂਰੇ ਪਾਕਿਸਤਾਨ ਮੇਂ ਐਸਾ ਮਾਲ ਨਹੀਂ ਮਿਲੇਗਾ ਆਪਕੋ। ਤੋ ਚਲਤੇ ਹੈ ਬਲਾਲ ਬਾਈ ਕੇ ਪਾਸ, ਮਾਲ ਮਾਲ ਲੇਤੇ ਹੈਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵੀਰ ਦਾ ਕੀ ਨਾਮ ਹੈ? ਮੁਹੰਮਦ ਬਿਲਾਲ। ਬਿਲਾਲ ਬਾਈ, ਲੋਕੇਸ਼ਨ ਤੇ ਮੋਬਾਈਲ ਨੰਬਰ ਦੱਸੋ ਆਪਣਾ। ਆਪਣਾ ਉਕਾੜਾ ਹੈ, ਤਹਿਸੀਲ ਆਪਣੀ ਦੁਪਾਲਪੁਰ, ਡਾਹਣਾ ਰਾਜਪਾਲ ਜੀ, ਰਾਜਵਾਲ ਤੋਂ 3 ਕਿਲੋਮੀਟਰ ਸਾਈਡ ਆਪਣਾ ਫਾਰਮ ਹੈ, ਸਟਾਪ ਆਪਣਾ ਕੋੜੇ ਸਿਆਲ ਪਟਰੋਲ ਚੌਂਕ। ਠੀਕ ਹੈ, ਅਗਰ ਕੋਈ ਭਰਾ ਲਾਹੌਰ ਸਾਈਡ ਤੋਂ ਆਉਂਦਾ ਹੈ, ਲਾਹੌਰ 105 ਕਿਲੋਮੀਟਰ, ਗੁਜਰਾਂਵਾਲਾ 190 ਕਿਲੋਮੀਟਰ, ਨਾਰੋਵਾਲ 210 ਕਿਲੋਮੀਟਰ, ਗੁਜਰਾਤ 240 ਕਿਲੋਮੀਟਰ, ਅਤੇ ਪਿੰਡ ਇਸਲਾਮਾਬਾਦ 240 ਕਿਲੋਮੀਟਰ, ਅਤੇ ਫੈਸਲਾਬਾਦ 159 ਕਿਲੋਮੀਟਰ, ਉਕਾੜਾ 55 ਕਿਲੋਮੀਟਰ, ਅਤੇ ਸੂਰੀ 65 ਕਿਲੋਮੀਟਰ। ਮੋਬਾਈਲ ਨੰਬਰ ਦੱਸੋ। 0307-4548-1889। ਵਟਸਐਪ ਬਣੀਏ ਦੇ ਦੇ ਜੀ ਬਣੀਏ। ਜਿਹੜੇ ਭਰਾ ਮੋਬਾਈਲ ਦਾ ਰਾਬਤਾ ਕਰਦੇ, ਨੰਬਰ ਬੰਦ ਹੁੰਦਾ ਹੈ, ਉਹ ਵਟਸਐਪ ਰਾਬਤਾ ਕਰ ਸਕਦੇ। ਸਹੀ ਹੋ ਗਿਆ। ਟੋਟਲ ਅੱਜ ਕਿੰਨੇ ਜਾਨਵਰ ਮੌਜੂਦ ਨੇ? 40 ਜਾਨਵਰਾਂ ਦੀ ਲਾਟ ਮੌਜੂਦ ਹੈ। ਇਹਦੇ ਵਿੱਚ ਕਿਹੜੀ ਕਿਹੜੀ ਨਸਲ ਮੌਜੂਦ ਹੈ? ਪਿਓਰ ਸਾਹੀਵਾਲ, ਦੇਸੀ, ਚੋਲਸਤਾਨੀ। ਚੋਲਸਤਾਨੀ, ਤਿੰਨ ਨਸਲਾਂ ਅੱਜ ਹੋ ਗਈਆਂ ਨੇ। ਨਹੀਂ, ਜਿਹੜਾ ਤੁਸੀਂ ਵਜ਼ਨ ਦੱਸ ਰਹੇ ਦੇ, ਇੰਨਾ ਹੀ ਆਵੇਗਾ, ਥੋੜਾ ਬਹੁਤ ਵਾਧਾ ਘਟਾ ਵੀ ਹੋ ਜਾਏਗਾ। 10 ਕਿਲੋ ਫਰਕ ਆਵੇਗਾ, 5 ਉੱਚੇ ਹੋਵੇਗਾ ਜਾਂ 5 ਥੱਲੇ ਹੋਵੇਗਾ। ਇਹਨਾਂ ਦਾ ਜਨਾਬ ਘੱਟ ਤੋਂ ਘੱਟ ਕਿੰਨੇ ਵਾਲਾ ਬੱਚਾ, ਜ਼ਿਆਦਾ ਬੱਚਾ ਕਿੰਨੇ ਵਾਲਾ? ਘੱਟ ਤੋਂ ਘੱਟ ਥਾਂ ਜੀ ਬੱਚਾ ਹੈਗਾ ਆਪਣੇ ਕੋਲ 1,05,000 ਵਾਲਾ ਜੀ। ਠੀਕ ਹੈ, ਤੇ ਘੱਟ ਤੋਂ ਘੱਟ 75,000 ਵਾਲਾ ਸ਼ੁਰੂ ਹੁੰਦਾ ਹੈ। 70,000 ਤੋਂ ਸ਼ੁਰੂ ਹੁੰਦਾ ਹੈ, ਸ਼ੁਰੂ ਹੁੰਦਾ ਹੈ, ਤੇ ਜ਼ਿਆਦਾ 1,05,000 ਵਾਲਾ ਹੈ। 1,05,000 ਸਹੀ ਹੈ, ਮਾਸ਼ਾਅੱਲਾ। ਚੈੱਕ ਕਰੋ। ਹਾਂਜੀ ਖਾਨ ਸਾਹਿਬ, ਮੈਂ ਤਾਂ ਨਸਲ ਚੈੱਕ ਕਰਵਾਓ ਜੀ ਜੀ, ਰੰਗ ਚੈੱਕ ਕਰਵਾਓ। ਉਹ ਲਾਇਆ ਯਾਰ, ਇੱਥੇ ਇੱਧਰ ਲਿਆ, ਮਾਸ਼ਾਅੱਲਾ ਚੈੱਕ ਕਰੋ ਜੀ, ਚੱਲੇ ਗਏ ਨਾ ਕੁਰਬਾਨੀ ਤੱਕ। ਇਹ 4 ਲੱਖ ਦਾ ਬੱਚਾ ਬਣੇਗਾ। 4 ਲੱਖ ਦਾ, 4 ਕਾਪੀਆਂ ਦਾ ਬੱਚਾ ਬਣੇਗਾ। ਹਾਏ, ਇਹ ਹੁਣ 7 ਨਾ ਮੇਵਾ, ਕਿੰਨਾ ਗੁੜ ਪਾਈ ਜੋ ਉਹਨਾਂ ਮਿਠਾ ਹੁੰਦਾ ਜਾਏਗਾ, ਜਿੰਨਾ ਗੁੜ ਪਾਈ ਜੋ ਉਹਨਾਂ ਮਿਠਾ ਹੁੰਦਾ ਜਾਏਗਾ ਉਹਨਾਂ ਮਿਠਾ ਹੋਵੇਗਾ। ਸ਼ੱਕਰ ਪਾਓਗੇ ਫਿਰ ਕਿਆ ਕਮਾਲ ਹੀ ਹੋ ਜਾਣੀ। ਹਾਏ ਹਾਏ ਹਾਏ। ਅੱਛਾ, ਇਹ ਕਿੰਨੇ ਦਾ ਦੇ ਰਹੇ ਹੋ? ਅਗਰ ਬਰਾ ਲੈ 1,05,000 ਦਾ। 1,05,000 ਦਾ। ਹਾਂਜੀ, ਇਹਦਾ ਵਜ਼ਨ ਕਿੰਨਾ ਹੈ? ਵਜ਼ਨ ਇਹਦਾ ਹੋਵੇਗਾ 180 ਕਿਲੋ। 180 ਕਿਲੋ, ਅਗਰ ਇਹ ਵੱਡੇ ਬੱਚੇ ਲਾੜੇ ਖਿਲਾਵੇ ਤਾਂ 220 ਕਿ ਦੱਸਣਾ ਹੋਣਾ। ਅੱਛਾ, ਲੇਕਿਨ ਸਾਡੇ ਕੋਲ ਨਾ 180 ਕਿਲੋ। ਅਗਰ ਕੋਈ ਬੰਦਾ 40 ਬੱਚਿਆਂ ਲਾਟ ਲੈਂਦਾ ਹੈ, ਜੀ ਜੀ, ਕਿੰਨੇ ਦਿਓਗੇ? ਪੂਰੇ ਬੱਚੇ 40 ਚੁੱਕੇ, ਤੇ ਆਪਣਾ 87,000 ਪੁੱਠਾ ਹੈ,
ਠੀਕ ਹੈ, ਪੂਰਾ ਪੰਜਾਬ ਡਿਲੀਵਰੀ ਫ੍ਰੀ ਹੈ। 87000 ਅਨਪੁੱਠਾ? ਹਾਂ 87000 ਪੂਰਾ ਪੰਜਾਬ ਡਿਲੀਵਰੀ ਫ੍ਰੀ ਹੈ। ਨਾ ਯਾਰ, ਪੂਰਾ ਪਾਕਿਸਤਾਨ ਡਿਲੀਵਰੀ ਦੇ ਦੇ, ਪੂਰਾ ਪੰਜਾਬ, ਪੂਰਾ ਪੰਜਾਬ। ਕਿੰਨੇ ਨਹੀਂ ਕਰਨੀ ਕੰਮ, ਕਰੋ ਕਿੰਨੇ ਬੰਦਾ ਪੂਰਾ ਲੈ ਜਾਵੇ। ਇਹ ਕਿੰਨੇ ਦਿਨ ਦੀ ਗਰੰਟੀ ਨਾਲ ਹੋਵੇਗੀ? 8 ਦਿਨ ਦੀ ਗਰੰਟੀ ਹੋਵੇਗੀ। 8 ਦਿਨ ਦੀ ਆਉਣ ਪੱਠੀ ਪਾਵਾਂਗੇ, ਚੈੱਕ ਕਰਨ, ਕੋਈ ਬਿਮਾਰ ਲੰਗੜਾ ਲੁਲਾ ਇੱਥੇ ਕੱਢ ਕੇ ਜਾਣ। ਅੱਛਾ ਐਵੇਂ ਆ ਜਾਓ, ਅੱਛਾ ਖੋਲਣੇ ਨਹੀਂ। ਅੱਛਾ ਜਨਾਬ, ਇਹਦਾ ਵਜ਼ਨ ਕਿੰਨਾ ਹੈ? ਇਹ ਵਜ਼ਨ 160 ਕਿਲੋ ਇਹਦਾ, ਠੀਕ ਹੈ। ਅਗਰ ਇਕੱਲਾ ਕੋ ਲਵੇਗਾ 95000 ਦਾ। 95000 ਦਾ? 95000 ਦਾ। ਇਹ ਕਿੰਨੇ ਦਾ? ਇਹ ਲਵੇਗਾ 90000 ਦਾ। 90000 ਦਾ ਲਾਡ ਹੈ ਸਿਰਫ? ਕਿੰਨੇ ਦਾ? 87000। 87000 ਦਾ ਲਾਡ ਇਹ ਚ। ਖਾਂ ਜੀ, ਅਗਰ 1,05,000 ਵਾਲਾ ਉਹ ਵੀ 87 ਦਾ ਹੈ। ਅੱਛਾ ਠੀਕ ਹੈ, 90 ਵਾਲਾ ਵੀ 87 ਦਾ ਹੈ, 70 ਵਾਲਾ ਵੀ 87 ਦਾ ਹੈ। ਇਹਨੇ ਤੁਸੀਂ ਇਹ ਤਾਂ ਨਹੀਂ ਕਰਨਾ ਕਿ ਤੁਸੀਂ ਆਪਣੀ ਪਸੰਦ ਦੇ ਬੱਚੇ ਕੱਢ ਦੇਣੇ ਨੇ? ਨਹੀਂ, ਅਗਰ ਕੋਈ 20 ਬੱਚੇ ਲੈਂਦਾ ਹੈ, ਠੀਕ ਹੈ, 90000 ਦਾ ਪੁੱਠਾ, 10 ਲੈਂਦਾ 95000 ਦਾ ਪੁੱਠਾ। ਅੱਛਾ, ਲਾਡ ਲੈਂਦਾ 87000 ਦਾ ਪੁੱਠਾ, 87000 ਦਾ, ਯਾਨੀ ਕਿ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਕੱਢ ਸਕਦਾ, ਆਪਣੀ ਮਰਜ਼ੀ ਦੇ ਲਾਡ ਬਣਾ ਸਕਦਾ। ਕਿਹਨੂੰ ਇੱਕ ਚਾਹੀਦਾ ਉਹਨੂੰ ਮਿਲੇਗਾ, ਕਿ ਦੋ ਚਾਹੀਦੇ ਉਹਨੂੰ ਮਿਲਣ, ਕਿ 40-40 ਲੈਣੇ ਉਹਨੂੰ ਮਿਲੇਗਾ। ਉਹਦੇ ਵਾਸਤੇ ਬਿਆਨਾ ਹੋਣਾ ਲਾਜ਼ਮੀ ਹੈ ਕਿ ਨਹੀਂ? ਕਨਫਰਮ ਬਿਆਨਾ, ਕਨਫਰਮ ਇਹ ਹੁੰਦਾ ਕਿ ਬਿਆਨਾ ਲਵਾਤਾ ਹੈ ਤੁਸੀਂ, ਸੁਬਹ ਬਿਆਨਾ ਲਵਾਇਆ, ਸ਼ਾਮ ਤੱਕ ਤੁਹਾਡਾ ਟਾਈਮ ਹੁੰਦਾ ਹੈ। ਅੱਛਾ, ਮਾਲ ਪਸੰਦ ਆ ਬਿਆਨਾ ਆਪਣਾ ਵਾਪਸ? ਨਹੀਂ, ਕਮ ਸੇ ਕਮ ਕਿੰਨੇ ਦਿਨਾਂ ਦਾ ਟਾਈਮ ਹੋਵੇ? ਅਗਰ ਬੰਦਾ ਤੁਹਾਡੇ ਨਾਲ 15 ਬੱਚਿਆਂ ਡੀਲ ਕਰ ਲੈਂਦਾ ਹੈ, ਬਿਆਨਾ ਦੇ ਦਿੰਦਾ, ਕਮ ਸੇ ਕਮ ਕਿੰਨੇ ਦਿਨ ਜਾਣ? ਸੁਬਹ ਬਿਆਨਾ ਤਾਂ ਸ਼ਾਮ ਤੱਕ ਆਉਣਾ ਹੈ, ਸ਼ਾਮ ਤੱਕ, ਕਿਉਂਕਿ ਇੰਨਾ ਮਾਲ, ਮਾਸ਼ਾਅੱਲਾ, ਮਾਲ ਦੇ ਵਿੱਚ ਤੁਹਾਨੂੰ ਪਤਾ ਮਹਿੰਗਾਈ ਬੜੀ ਹੈ। ਬਿਲਕੁਲ ਜੀ, ਬੜੇ ਆਉਂਦੇ ਉੱਤੇ। ਬਿਲਕੁਲ ਜੀ, ਗੱਲ ਤਾਂ ਬਿਆਨਾ ਨਹੀਂ ਕਿਸੇ ਨਾਲ ਕਰਨੀ, ਠੀਕ ਹੈ। ਮਾਲ ਬਗਾ ਮੇਰਾ ਸ਼ੌਂਕ ਰਵਾ, ਬੇਨਸਲਾ ਮਾਲ ਨਹੀਂ ਆਪਣੇ ਕੋਲ। ਸਹੀ ਨਜ਼ਰ ਆ ਰਿਹਾ ਮਾਲ, ਕਲਰ ਵਾਲਾ ਮਾਲ, ਕਲਰ ਵਾਲਾ ਮਾਲ ਹੈ। ਅੱਛਾ, ਜਿਹੜਾ ਬਿਆਨਾ ਤੁਹਾਡੇ ਕੋਲ ਪੁੱਛ ਰਿਹਾ, ਅਗਰ ਕੋਈ ਬੰਦਾ ਤੁਹਾਡਾ ਬਿਆਨਾ ਕਰ ਦਿੰਦਾ, ਇੱਕ ਸਿਰਫ ਇੱਕ ਦਿਨ ਦਾ ਟਾਈਮ ਹੋਵੇਗਾ, ਇੱਕ ਦਿਨ ਦੇ ਬਾਅਦ ਬਿਆਨਾ ਵਾਪਸ ਕਰੋਗੇ ਜਾਂ ਬਿਆਨਾ ਰੱਖ ਲਓਗੇ? ਨਹੀਂ, ਅਗਰ ਇੱਕ ਦਿਨ ਟਾਈਮ ਦਿੱਤਾ ਉਹ ਨਹੀਂ ਆਉਂਦਾ, ਫਿਰ ਕਿਹੜਾ ਖਰਚਾ ਹੋਇਆ ਉਹ ਬਿਆਨਾ ਗਿਆ, ਬਿਆਨੇ ਦੇ ਵਿੱਚ ਚਲਾ ਜਾਏਗਾ। ਤੇ ਇਹ ਆਪਣੇ ਕੋਲ ਕਿਹੜੀ ਕਿਹੜੀ ਜੂ ਦਾ ਮਾਲ ਹੁੰਦਾ? ਆਪਣੇ ਕੋਲ ਲਾਕੇ ਦਾ ਮਾਲ ਹੁੰਦਾ ਖਾਂ ਜੀ, ਮਾਲ ਚੈੱਕ ਕਰੋ, ਪਤਲਾ ਤੇ ਲਿਸਾ ਮਾਲ ਹੈ। ਬੰਦਾ ਮੌਜੂਦ ਕੋ ਨਹੀਂ ਹੈਗਾ, ਮਾਲ ਕਿਵੇਂ ਵਿਖਾਈਏ ਦੱਸ? ਮੰਡੀ ਨਾਲ ਲਾਕੇ ਦਾ ਮਾਲ 5-10 ਦਾ ਸਸਤਾ ਹੁੰਦਾ। ਅੱਛਾ, ਕਿਉਂਕਿ ਅਸੀਂ ਕੁੱਟ ਕੇ ਲਿਆਉਂਦਾ। ਬਿਲਕੁਲ, ਇਹਨੂੰ ਮੰਡੀ ਲੈ ਜਾਈਏ, 6 ਦੇ ਉੱਤੇ ਪੈਣਾ, ਖਰਚਾ ਨਹੀਂ ਪੈਣਾ। ਪੈਣਾ ਜੀ, ਬਿਲਕੁਲ ਪੈਣਾ, ਮੰਡੀ ਜ਼ਿਲਤ ਵੱਖਰੀ ਹੋਣੀ ਹੈ। ਅੱਛਾ, ਮੰਡੀ ਦਾ ਖਰਚਾ ਤੁਸੀਂ ਇੱਥੇ ਪਾ ਦੇ? ਇਹ ਮੰਡੀ ਲੈ ਜਾਈਏ ਮੰਡੀ ਦੇ। ਅੱਛਾ, ਬੱਚਾ ਹੈਗਾ ਲੱਖ ਦਾ, ਇੱਥੇ ਤੇ ਕਿੰਨੇ ਦੇਣਾ? 90000 ਦਾ। 90000 ਦਾ, 90000 ਦਾ ਦੇਣਾ, 10000 ਡਿਸਕਾਊਂਟ। ਹਾਂਜੀ, ਕਿਉਂਕਿ ਅਸੀਂ ਖਰਚੇ ਦੇ ਉੱਤੇ ਆਣੇ ਨਹੀਂ ਨੇ। ਬਿਲਕੁਲ, ਲਾਕੇ ਲਿਆ ਲਿਆ ਕੇ ਤੇ ਬੰਨ ਦੇਣਾ, ਠੀਕ ਹੈ। ਇਹ ਬੱਚੇ ਹੁੰਦੀ, ਇਹ ਗੱਲ, ਸਾਡਾ ਮਾਲ ਸਸਤਾ। ਇਸ ਗੱਲ ਦਾ ਮਾਲ ਸਸਤਾ ਦਿੰਦੇ? ਹਾਂਜੀ, ਤੁਹਾਡੀ ਰੋਜ਼ੀ ਵਿੱਚ ਕਿੰਨੀ ਹੁੰਦੀ ਹੈ? ਰੋਜ਼ੀ 500000 ਹੈ, ਸਿਰਫ 500000 ਹੈ। ਮੁਨਾਸਬਤ ਚੱਲੋ, ਅਗਲਾ ਬੰਦਾ ਲੈ ਕੇ ਜਾਉਣੀ ਰੋਜ਼ੀ ਬਾਜ਼ੀ, ਦੁਬਾਰਾ ਫਿਰ ਤੁਹਾਡੇ ਅੱਡੇ ਦੇ ਆਵੇ। ਬਿਲਕੁਲ ਜੀ, ਮਾਲ ਲੈ ਕੇ ਜਾਵੇ, ਅੱਗੋਂ ਕਿਹੜਾ ਹੁੰਦਾ ਬੰਦਾ ਆਵਾਮ ਆਉਂਦੀ ਨਾ, ਮਾਲ ਵੇਂਦੀ ਹੈ, ਠੀਕ ਹੈ, ਭਾਈ ਕਿੱਥੋਂ ਮਾਲ ਲੈ ਕੇ ਆਇਆ? ਬਿਲਕੁਲ, ਜਿਸ ਦਿਲੇ ਮਾਲ ਲੈ ਕੇ ਆਇਆ। ਬਿਲਕੁਲ, ਹੋਰ ਬੰਦੇ ਅਟੈਚ ਹੁੰਦੇ ਜਾਂਦੇ। ਐਸਾ ਐਸਾ ਇੱਕ ਬੰਦਾ ਮਾਲ ਤੁਸੀਂ ਤੁਹਾਡੇ ਕੋਲ ਲੈ ਗਿਆ ਔਰ ਚੰਗਾ ਮਿਲਾ, ਉਹਨੂੰ ਹੋਰ 4 ਬੰਦਿਆਂ ਦੱਸਣਾ ਹੈ? ਆਪੀ ਭਰਾਵਾਂ ਨੂੰ ਪੁੱਛੋਗੇ ਨਾ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਮਾਲ ਲੈ ਕੇ ਦੁਬਾਰਾ ਆਉਂਦਾ, ਉਹਨਾਂ ਕਹਿੰਦੇ ਯਾਰ ਇੱਕ ਵਾਰੀ ਲੈ ਕੇ ਦੁਬਾਰਾ ਨਾ ਆਉਣੇ। ਉਹਨੇ ਆਉਣਾ ਕਿੱਥੋਂ ਯਾਰ, ਇੱਕ ਵਾਰੀ ਛੇਲੀ ਪੜ ਲੈਣੀ ਹੈ। ਹਾਂਜੀ, ਬਿਲਕੁਲ ਜੀ, ਕਰੋ ਪਿਆਰ, ਕਰੋ ਸ਼ਫਕਤ, ਕਰੋ ਦੁਬਾਰਾ ਫਿਰ ਤੁਹਾਡੇ ਕੋਲ ਆਉਣ। ਨਹੀਂ, ਹੁਣ ਤੁਸੀਂ 87000 ਨੂੰ ਲਾਟ ਲਾਈ ਖਲੇ ਦੇ, ਇਹਨੇ ਮੁਹੱਬਤ ਸ਼ੱਕਰ ਨਹੀਂ ਪਾਣੀ। ਮੌਕੇ ਦਾ ਆਨੰਦ ਕਰਾਂਗੇ, ਪੂਰੇ ਪੰਜਾਬ ਦੀ ਡਿਲੀਵਰੀ ਹੈ, ਪੂਰੇ ਪੰਜਾਬ ਦੀ 15। ਅਗਰ ਤੁਹਾਡੇ ਕੋਲ 15-20 ਬੱਚੇ ਲੈਂਦਾ, ਉਹਦੇ ਚ ਪੂਰਾ ਪੰਜਾਬ ਮਿਲੇਗਾ ਕਿ ਨਹੀਂ? ਪੂਰਾ ਪੰਜਾਬ ਹੁੰਦੇ ਨਹੀਂ। ਕਮ ਸੇ ਕਮ ਕਿੰਨੇ ਬੱਚੇ ਲੈਣੇ? 20 ਬੱਚੇ ਲੈ ਫਿਰ ਡਿਲੀਵਰੀ। 20 ਬੱਚਿਆਂ ਦੇ, ਮਾਸ਼ਾਅੱਲਾ ਜੀ, ਰੰਗ ਚੈੱਕ ਕਰੋ ਜੀ, ਨਾ ਚੱਲ ਮਾਸ਼ਾਅੱਲਾ ਜੀ, ਚੈੱਕ ਕਰੋ ਜੀ, ਠੀਕ ਹੈ, ਕਲਰ ਚੈੱਕ ਕਰੋ, ਮਾਸ਼ਾਅੱਲਾ ਜੀ। ਅੱਛਾ, ਬਹੁਤ ਅੱਜ ਕਿੰਨੇ ਦਾ ਬੱਚਾ ਮਿਲੇਗਾ? ਅੱਜ ਕੋਈ ਲਵੇ ਲੱਖ ਦਾ, ਲੱਖ ਦਾ, ਲੱਖ ਦਾ ਈ ਤੱਕ ਰੱਖਦਾ ਜਾਂ 3 ਮਹੀਨੇ ਰੱਖਦਾ? ਕੀ ਹਿਸਾਬ ਕਿਤਾਬ ਰੱਖੇਗਾ? 40000 ਹੈ, 40000 ਬੱਚੇ ਮਗਰ ਖਰਚਾ ਕੱਢ ਕੇ, ਖਰਚਾ ਕੱਢ ਕੇ, ਅੱਛਾ, ਖਰਚੇ ਕੱਢ ਕੇ, ਇਨਵੈਸਟਮੈਂਟ ਕੱਢ ਕੇ, 40000 ਬੱਚਤ, ਇਕੱਲੇ ਬੱਚੇ ਮਗਰ, ਇਕੱਲੇ ਬੱਚੇ ਮਗਰ 20 ਬੱਚੇ, ਹੁਣ 40000 ਪੁੱਠਾ ਲਾ ਕਿੱਧਰ ਗੱਲ ਜਾਂਦੀ ਹੈ? ਕਾਫੀ ਲੱਗ ਜਾਂਦੀ ਗੱਲ, ਮਾਸ਼ਾਅੱਲਾ ਭਾਈ, ਕਿੰਨਾ ਗੁੜ ਪਾਈ ਜੋ ਗੁਣਾ ਮਿੱਠਾ ਹੁੰਦਾ ਜਾਏਗਾ। ਬਿਲਕੁਲ ਜੀ,
ਰੋਜ਼ੀ ਵਾਲਾ ਬਿਲਕੁਲ ਜੀ। ਅੱਛਾ ਅਗਰ ਕੋ ਭਾਈ ਥੋੜੇ ਪੈਸਿਆਂ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੋਵੇ, ਹਾਂਜੀ ਕਿਸੇ ਕੋਲ 50,000 ਹੈ ਨਾ, ਉਹ ਮੇਰੇ ਨਾਲ ਫੋਨ ਕਰੇ, ਠੀਕ ਹੈ, 50,000 ਤੋਂ ਦੇਵੇ ਮੈਨੂੰ, ਮੈਂ ਉਹਨੂੰ 50,000 ਵਾਲਾ ਬੱਚਾ ਲਿਆ ਕੇ ਦਿਆਂਗਾ। 50,000 ਤੋਂ ਸ਼ੁਰੂ ਕਰਾ ਸਕਦੇ ਨੇ ਯਾਰ, 20,000 ਹੋਵੇ ਉਹ ਵੀ ਆਵੇ, 20,000 ਦਾ ਗਰੰਟੀ ਹੁੰਦੀ ਕੋਈ ਨਹੀਂ, ਉਹਦੀ ਗਰੰਟੀ ਕਿਉਂ ਨਹੀਂ, ਕੋਈ ਨਹੀਂ ਹੁੰਦੀ, ਉਹ ਕੰਮ ਕਰਵਾਵਾਂਗੇ, 20,000 ਦਾ ਵੀ ਕੰਮ ਸ਼ੁਰੂ ਕਰਵਾਵਾਂਗੇ। ਕੈਸੀ ਗੱਲ ਬਲੋਈ ਸਾਹਿਬ, ਬਲਾਲ ਕੈਟਲ ਫਾਰਮ ਦੀ ਫਖਰੀਆ ਪੇਸ਼ਕਸ਼, ਆਫਰ ਆਫਰ, 20,000 ਦਾ ਵੀ ਕੰਮ ਸ਼ੁਰੂ ਕਰ ਸਕਦੇ, 50,000 ਲੇਕਿਨ ਕਿੰਨੇ ਕੰਮ ਕਰਨਾ ਨਾ, ਮੈਂ ਥੋੜੀ ਇਨਵੈਸਟਮੈਂਟ ਹੈ, ਉਹ 50,000 ਵੀ ਸ਼ੁਰੂ ਕਰ ਸਕਦਾ, 50,000 ਕੰਮ ਸੇ ਕੰਮ ਹੋਣਾ ਚਾਹੀਦਾ, 60,000 ਲਾਟ ਲੈਣੀ ਹੈ, ਆਪਣਾ ਗੱਲਬਾਤ ਕਰਨ, ਮੇਰੇ ਨਾਲ ਬਿਆਨਾ ਲਵਾਉਣ, ਟੋਕਲ ਲਵਾਉਣ, ਅੱਛਾ ਦੋ ਚਾਰ ਦਾ ਟਾਈਮ ਲਾ ਕੇ ਮਾਲ ਲਿਆ ਕੇ ਦੇ ਦਿਆਂਗਾ, 2 ਦਿਨ ਦਾ ਟਾਈਮ ਹੋਵੇਗਾ, 2 ਦਿਨ ਦੇ ਵਿੱਚ ਉਹਨਾਂ ਮੁਤਾਬਕ ਮਾਲ ਦੇ, ਵਜ਼ਨ ਨਹੀਂ ਹੋਵੇਗਾ ਜੋ ਹੋਵੇਗਾ ਉਹਨਾਂ ਸਾਹਮਣੇ ਹੋਵੇਗਾ। ਅੱਛਾ ਕੋਈ ਬੰਦਾ ਮਾਲ ਲੈਂਦਾ, ਉਹ ਆਂਦਾ ਮੈਨੂੰ ਥੋੜੇ ਜਿਹੇ ਵੱਡੇ ਚਾਹੀਦੇ ਨੇ, ਛੋਟੇ ਚਾਹੀਦੇ ਨੇ, ਅਗਰ ਵੱਡੇ ਚਾਹੀਦੇ ਵੱਡੇ ਮਿਲ ਜਾਣ ਤੇ ਛੋਟੇ ਜਿਹੇ ਛੋਟੇ ਮਿਲ ਜਾਣ, ਅਗਰ ਤੁਸੀਂ ਲੈ ਆਂਦੇ ਦੇ ਉਹਦਾ ਥੋੜਾ ਵਜ਼ਨ ਜ਼ਿਆਦਾ ਹੁੰਦਾ ਘੱਟ ਹੁੰਦਾ, ਉਹਦਾ ਕਿਸ ਤਰ੍ਹਾਂ ਜਿਹੜਾ ਬਿਆਨਾ ਹੋ ਗਿਆ ਉਹਨਾਂ ਦੇ ਫਰਮਾਇਸ਼ ਮੁਤਾਬਕ ਮਾਲ ਆ ਗਿਆ, ਮਾਲ ਉਹਨਾਂ ਦਾ ਉਹਨਾਂ ਦਾ, ਅਗਰ ਉਹਨਾਂ ਨਾ ਲਿਆ ਫਿਰ ਬਿਆਨਾ ਗਿਆ, ਬਿਆਨਾ ਗਿਆ ਉਹਨਾਂ ਦੇ ਕੀ ਪੈਗਾਮ ਦੇਣਾ ਚਾਹੁੰਦੇ ਜਨਾਬ? ਅਸੀਂ ਕਹਾਂਗੇ ਕਿਸੇ ਕੋਲ 1,00,000, 2,00,000, 3,00,000 ਥੋੜੀ ਇਨਵੈਸਟਮੈਂਟ ਨਾਲ ਇਸ ਕੰਮ ਦੇ ਵਿੱਚ ਆ ਜਾਓ, ਇੱਕ ਵਾਰੀ ਆ ਜਾਓ, ਆ ਜਾਓ, ਅੱਲਾ ਮੇਰੇ ਤੋਂ ਘੁੰਮਣਾ ਬਾਹਰ ਨਹੀਂ ਜਾਓਗੇ, ਇਨਸ਼ਾਅੱਲਾ ਇਹਦੇ ਵਿੱਚ ਖੁੱਬ ਜਾਓਗੇ, ਬਿਲਕੁਲ ਜੀ, ਇਹ ਗੱਲ ਮਾਲ ਅੱਲਾ ਨੁਕਸਾਨ ਨਾ ਕਰੇ, ਨੁਕਸਾਨ ਨਹੀਂ ਹੈਗਾ, ਨੁਕਸਾਨ ਕਿਸੇ ਕਿਸਮ ਦਾ ਨਹੀਂ ਹੈਗਾ, 1,00,000 ਦਾ ਕੰਮ ਸ਼ੁਰੂ ਕੀਤਾ ਨਾ, 2 ਮਹੀਨੇ ਬਾਅਦ ਉਹ 1,50,000 ਹੋ ਜਾਣਾ। ਅੱਛਾ ਹਾਂਜੀ, ਸਿਰ ਨਾ ਪੇਵਾ, ਬਿਲਕੁਲ ਜੀ, ਐਵੇਂ ਗੱਲ ਹੈ, ਬੈਂਕਾਂ 'ਚ ਪੈਣ ਉਹ ਕੀ ਬੰਨ ਕੇ ਰੱਖੀ ਬੈਠੇ ਦੇ, ਸਾਡੇ ਇੰਨੇ ਬੈਂਕਾਂ 'ਚ ਪੈਣ ਉਦੋਂ ਲੈ ਲੈ ਖਾਧੀ ਜਾਓਗੇ ਮੁੱਕ ਜਾਣੇ ਨੇ, ਬਿਲਕੁਲ, ਇਹ ਕਾਰੋਬਾਰ ਦੇ ਵਿੱਚ ਲਾਓਗੇ, ਅੱਜ ਕੱਲ੍ਹ ਮਿਸਾਲ ਡੁਰੀ ਗਈ, ਪੈਸੇ ਨੂੰ ਪੈਸਾ ਕਮਾਉਂਦਾ ਪਿਆ, ਬਿਲਕੁਲ, ਅਗਰ 1,00,000 ਲਾਓਗੇ 1,00,000 ਦੋ ਨੇ ਰਲ ਜਾਂਦੇ, ਐਵੇਂ ਗੱਲ, 2-4 ਨੇ ਰਲ ਜਾਂਦੇ, ਇਹ ਪੈਸੇ ਨੂੰ ਪੈਸਾ ਕਮਾ ਰਿਹਾ, ਬਿਲਕੁਲ ਜੀ, ਠੀਕ ਹੋ ਗਿਆ ਬਲੋਚ ਸਾਹਿਬ, ਬਹੁਤ ਮਿਹਰਬਾਨੀ, ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲੱਗੇ ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ, ਮਿਲਤੇ ਹੈ ਸਰ ਕੀ ਕੋਰ ਵੀਡੀਓ ਮੇਂ, ਤਬ ਤੱਕ ਮੇਜ਼ਬਾਨ ਮੁਸੱਈਅ ਬਲੋਚ ਕੋ ਜਾਦ ਜੀ, ਅੱਲਾ ਹਾਫਿਜ਼।